बिसम रहीम असलकुम दोस्तों आप देख रहे हैं एतमाद टी मैं हूँ आपका दोस्त मंजूर अहमद दोस्तों पहले दरह अजे तो वास्ते सफ़र करके आए हैं पहले भी दोस्तों के वास्ते आई दाए इस एक प्योर रावी की जू असी ली है किलियाँ वाला काफ़ी दोस्त वीडियो देखते दे उन्हें कि काफ़ी वीडियो साड़ियाँ मौजा किलियाँ वाले दियाो आ रही काफ़ी माशाला खूबसूरत मुनासिब मझा इतें दिखाई जोटियाँ भी तो मझा भी ਇਹ ਵੀ ਦੋਸਤੋ ਮੌਜ਼ਾ ਕਿਲੇਆਲਾ ਤਹਿਸੀਲ ਤੰਦਲਿਆਂ ਵਾਲਾ ਪਿੰਡ 53 ਟੁਕੜਾ ਜਿੱਥੇ ਆ ਤੁਹਾਨੂੰ ਝੋਟੀ ਦਿਖਾ ਰਿਹਾ ਬਾਹਰ ਇੱਕ ਆਬਾਦੀ ਉਥੋਂ ਝੋਟੀ ਦੇਖਣ ਤੋਂ ਪਹਿਲਾਂ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਏ ਤਾਂ ਦੋਸਤਾਂ ਨਾਲ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਕਮੈਂਟ ਵੀ ਕਰੋ ਤੇ ਨਾਲ ਹੀ ਲੱਗੇ ਬੈਲ ਆਈਕਨ ਦਾ ਬਟਨ ਨੂੰ ਜ਼ਰੂਰ ਦਬਾਓ ਤਾਂ ਕਿ ਸਾਡੀ ਰੋਜ਼ਾਨਾ ਦੇ ਨਈ ਅਪਲੋਡ ਹੋਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ ਏ ਦੋਸਤੋ ਇਹ ਸਾਡੀ ਮਿਹਨਤ ਅਸੀਂ ਇਨਾ ਸਫਰ ਕਰਕੇ ਤੁਹਾਡੇ ਵਾਸਤੇ ਮਿਹਨਤ ਕਰੀ ਦੀ ਤੇ ਸਾਡੀ ਮਿਹਨਤ ਦਾ ਸਿਲਾ ਤੁਹਾਡੇ ਚੈਨਲ ਤੇ ਸਬਸਕ੍ਰਾਈਬ ਕਰਨ ਨਾਲ ਹੀ ਮਿਲਣਾ ਸਾਨੂੰ ਉਸ ਤੋਂ ਬਾਅਦ ਦੋਸਤੋ ਆਪਣਾ ਜਿਹੜੇ ਮੱਝ ਇਹਦੀ ਡਿਟੇਲ ਤੁਹਾਨੂੰ ਦੱਸਨੇ ਹਨ ਦੂਸਰਾ ਸਵੇਰ ਸੋਣਾ ਤੇ ਸੋਨ ਨੂੰ ਬਾਕਾਲ ਮਾਲਕਾਂ ਦੇ ਤਕਰੀਬਨ ਹਫਤਾ ਕਿ ਇਨਸ਼ਾਅੱਲਾ ਲੈ ਆ ਜਾ ਸੀਗੀ ਪਹਿਲੇ ਸਵੇਰ ਦਾ ਦੁੱਧ ਦਾ ਰਿਕਾਰਡ ਤਕਰੀਬਨ 10 ਤੋਂ 12 ਕਿਲੋ ਦੇ ਦਰਮਿਆਨ ਇਹਦਾ ਦੁੱਧ ਦਾ ਰਿਕਾਰਡ ਹੈ ਪਹਿਲੇ ਸਵੇਰ ਦਾ ਹੁਣ ਦੂਸਰਾ ਸੂਆ ਸੋਹਣਾ ਇਸ ਅੱਗੇ ਅੱਲਾਹ ਬਿਹਤਰ ਜਾਣਦਾ ਹੈ ਮਾਲਕ ਤੇ ਕਹਿੰਦੇ ਸਾਡੀ ਨਸਲੀ ਮੱਝ ਦੁੱਧ ਵਾਲੀ ਹੈ ਇਨਸ਼ਾ ਅੱਲਾ 15 16 ਕਿਲੋ ਕਰ ਸੀਗੀ ਅੱਗੇ ਨਸੀਬ ਮੁਕੱਦਰ ਕਿੰਨਾ ਦੁੱਧ ਕਰਦੀ ਹੈ ਬਾਕੀ ਮੱਝ ਤੁਸੀਂ ਦੇਖ ਰਹੇ ਹੋ ਮਾਸ਼ਾ ਅੱਲਾ ਮੋਟੀ ਤਾਜ਼ੀ ਸੋਖੀ ਤਗੜੀ ਮੱਝ ਸੋਹਣਾ ਥਣ ਲੱਗਿਆ ਸੋ ਥਣ ਦੇ ਵਿਰਲ ਸੋਹਣੇ ਸੋ ਲਿਬਾਸ ਸੋਣਾ ਬਣਾਇਆ ਸੋ ਬਾਰੀਕ ਚਮੜੀ ਸੋ ਅੱਖਾਂ ਸਫੈਦ ਸੋ ਰਾਵੀ نسل ਦੀ ਪਿਓਰ ਜਿਹੜੇ ਨਾ ਛੋਟੀ ਜੇ ਰਾਵੀ ਦੀ ਬੱਗੀ ਮੂੰਹ ਤੋਂ ਬੱਗੀ ਥੋੜੀ ਜੱਜੀ ਏ ਛੋਟੀ ਛੋਟੀ ਸਿੰਗੀ ਏ ਪਤਲੀ ਜਿਹੜਾ ਨਾ ਆਪਣਾ ਬੁੱਥੀ ਸੋਂ ਬਰੀਕ ਚਮੜੇ ਹਰ ਪਾਸੋਂ ਮਾਸ਼ੱਲਾ ਖੂਬਸੂਰਤ ਪੁੱਠਾ ਸੋਹਣਾ ਥਣ ਸੋਹਣਾ ਲੱਗਿਆ ਥਣ ਦੇ ਵਿਰਲ ਮਾਸ਼ੱਲਾ ਚੰਗਾ ਗੈਪ ਇਸ ਹੋ ਗਿਆ ਤੇ ਬਾਕੀ ਜੋਟੀ ਜਿਹੜਾ ਨਾ ਕੈਮਰਾਮੈਨ ਦਖਾ ਰਹਿਣ ਤੁਸੀਂ ਤਸੱਲੀ ਨਾਲ ਜੋਟੀ ਵੇਖਣੀ ਏ ਖੂਬਸੂਰਤ ਜੋਟੀ ਏ ਤੇ ਨਸਲੀ ਜੂੰ ਵਾਲੀ ਜੋਟੀ ਏ ਭਾਈ ਦਾ ਨਾਮ ਹੈ ਮੁਹੰਮਦ ਇਕਰਾਮ ਤੇ ਪਿੰਡ ਦਾ ਜਿੱਤਾ 53 ਟੁਕੜਾ ਮੌਜ਼ਾ ਕਿਲਿਆਂ ਵਾਲਾ ਤਹਿਸੀਲ ਤੰਦਲਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ ਨੰਬਰ ਇਹਨਾਂ ਦਾ ਹੈ 03111 ਇਹ ਇਹਨਾਂ ਦਾ ਨੰਬਰ ਹੈ ਅਗਰ ਕੋਈ ਭਾਈ ਨਾਲ رابطہ ਕਰਨਾ ਚਾਹੇ رابطہ ਕਰਕੇ ਇਹਨਾਂ ਦੇ ਕੋਲੋਂ ਮਜ਼ੀਦ ਕੋਈ ਡਿਟੇਲ ਪੁੱਛਣਾ ਚਾਹੇ ਪੁੱਛ ਸਕਦਾ ਹੈ बाकी माज तुम दोस्तों आप देख रहे हो माशाला चंकी तगड़ी मज्झ खूबसूरत कद आई है वेल वाली है और माशाला चंगे सोहने जिसम वाली है तो गरीब बंदा है मालक खुद देख रहे हो मेहनती बंदा बेचारा मजदूर है गरीब है गर्द मेहनत करके उन्हें सामभी है घर दोटी है कोई व्यापार भी नहीं कोई ये नहीं कि मतलब उन्हें किधरों खरीदी है ਇੱਕ ਆਪਣੇ ਗਾਰੀਓ ਨੇ ਸੰਭੀਏ ਮਾਸ਼ੱਲਾ ਬੜੀ ਮਿਹਨਤ ਕੀਤੀ ਸੋ ਅੱਲਾ ਪਾਕੇ ਇਹਦੇ ਮਿਹਨਤ ਨੂੰ ਰੰਗ ਲਾਵੇ ਅਗਰ ਕਿਸੇ ਦੋਸਤ ਨੂੰ ਪਸੰਦ ਆਂਦੀ ਹੈ ਨਾ ਇਸ ਭਾਈ ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰਕੇ ਨਾ ਖਰੀਦ ਸਕਦੇ ਹੋ ਤੇ ਡਿਮਾਂਡ ਇਹਦੀ ਜਿਹੜਾ ਭਾਈ ਮਾਲਕ 2 ਲੱਖ ਤੇ 10000 ਰੁਪਏ ਜਾਂ ਡਿਮਾਂਡ ਕਰ ਰਿਹਾ ਔਰ ਉਮੀਦ ਹੈ ਕਿ ਕੋਸ਼ਿਸ਼ ਕੀਤੇ ਆ ਕੋਸ਼ਿਸ਼ ਹੀ ਹੈ ਕਿ ਇਹਦੇ ਜੋ ਕੋ ਪਿਆਰ ਮੁਹੱਬਤ ਹੋ ਜਾ ਸੇ ਕਿ ਅਗਰ ਕਿਸੇ ਭਾਈ ਨੂੰ ਇਸੇ ਦੋਸਤ ਨੂੰ ਪਸੰਦ ਆਂਦੀ ਏ ਪਸੰਦ ਕਰਕੇ ਰਾਪਤਾ ਕਰਕੇ ਖਰੀਦ ਸਕਦੇ ਹੋ ਸਾਡੀ ਬਾਰ ਬਾਰ ਤੁਹਾਡੇ ਦੋਸਤਾਂ ਕੇ ਰਿਕਵੈਸਟ ਆਜਾਣਾ ਰਿਕਵੈਸਟ ਏ ਇਹ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੋਸਤਾਂ ਦੇ ਨਾਲ ਵੀ ਸ਼ੇਅਰ ਕਰੋ ਔਰ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਕਿ ਸਾਡੇ ਚੈਨਲ ਦੇ ਦੂਸਰੇ ਜਾਨਵਰਾਂ ਦੀ ਨਿਸ਼ਬਤ ਤੇ ਦੂਸਰੇ ਚੈਨਲਾਂ ਦੀ ਨਿਸ਼ਬਤ ਸਾਡੇ ਰੇਟਸ ਥੋੜੇ ਜਿਆਦਾ ਠੀਕ ਹੈ ਦੋਸਤੋ ਅਗਲੀ ਵੀਡੀਓ ਤੱਕ ਸਾਨੂੰ ਦੇਵੋ ਇਜਾਜ਼ਤ ਅੱਲਾਹ ਹਾਫਿਜ਼